ਲਗਾਤਾਰ ਪੈ ਰਹੀ ਭਾਰੀ ਬਰਸਾਤ ਲੋਕਾਂ ਦੇ ਲਈ ਹੁਣ ਆਫ਼ਤ ਦਾ ਕਾਰਨ ਬਣਦੀ ਜਾ ਰਹੀ ਹੈ। ਦੱਸ ਦਈਏ ਕਿ ਬੀਤੀ ਰਾਤ ਤੋਂ ਪੈ ਰਹੀ ਬਰਸਾਤ ਦੇ ਕਾਰਨ ਲੋਕਾਂ ਦੇ ਘਰਾਂ ਦੇ ਵਿੱਚ ਗੋਡੇ ਗੋਡੇ ਪਾਣੀ ਵੜਿਆ, ਕਈ ਕਈ ਫੁੱਟ ਜੋ ਹੈ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜਿਆ ਅਤੇ ਲੋਕ ਆਪਣਾ ਘਰ ਛੱਡਣ ਦੇ ਲਈ ਮਜਬੂਰ ਹੋ ਚੁੱਕੇ ਨੇ। ਭਾਵੇਂ ਸਾਉਣ ਦਾ ਮਹੀਨਾ ਬੀਤ ਚੁੱਕਾ ਹੈ ਪਰ ਹਾਲੇ ਤੱਕ ਲਗਾਤਾਰ ਬਰਸਾਤਾਂ ਜਾਰੀ ਨੇ। ਦੱਸ ਦਈਏ ਕਿ ਗੁਜਰਾਤ ਦੇ ਵਿੱਚ ਪਏ ਭਾਰੀ ਮੀਂਹ ਨੇ ਇੱਕ ਵਾਰ ਫਿਰ ਤੋਂ ਜਲਥਲ ਕਰ ਦਿੱਤਾ, ਨੈਸ਼ਨਲ ਹਾਈਵੇ ਤੱਕ ਪਾਣੀ ਦੇ ਵਿੱਚ ਡੁਬੋ ਦਿੱਤੇ ਨੇ ਅਤੇ ਲੋਕਾਂ ਦੇ ਘਰਾਂ ਦੇ ਅੰਦਰ ਗੋਡੇ ਗੋਡੇ ਪਾਣੀ ਵੜਿਆ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਕਈ ਕਈ ਫੁੱਟ ਪਾਣੀ ਵੜਿਆ ਅਤੇ ਇਸੀ ਵਿਚਕਾਰ ਜੋ ਬੈੱਡ ਨੇ, ਕੁਰਸੀਆਂ ਨੇ ਅਤੇ ਹੋਰ ਸਮਾਨ ਹੈ ਉਹ ਪਾਣੀ ਦੇ ਵਿੱਚ ਹੀ ਤੈਰਦਾ ਨਜ਼ਰ ਆਇਆ। ਤਾਂ ਗੁਜਰਾਤ ਦੇ ਵਿੱਚ ਲਗਾਤਾਰ ਇਸ ਵਾਰ ਬਰਸਾਤ ਨੇ ਭਾਰੀ ਕਹਿਰ ਮਚਾਇਆ, ਲੋਕਾਂ ਨੂੰ ਬੇਘਰ ਕਰ ਦਿੱਤਾ, ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਾਵਜੂਦ ਇਸ ਦੇ ਫਿਰ ਵੀ ਲਗਾਤਾਰ ਮੀਂਹ ਜੋ ਹੈ ਉਹ ਜਾਰੀ ਹੈ। ਬੀਤੀ ਰਾਤ ਤੋਂ ਪੈ ਰਹੀ ਬਰਸਾਤ ਨੇ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ। ਮੌਸਮ ਵਿਭਾਗ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ ਅਗਲੇ ਦਿਨ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਸੂਰਤ ਦੀ ਤਾਂ ਸੂਰਤ ਦੇ ਵਿੱਚ ਵੀ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੈ ਅਤੇ ਇਸੀ ਵਿਚਕਾਰ ਇਹ ਗੁਜਰਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਬੀਤੀ ਰਾਤ ਤੋਂ ਪੈ ਰਹੀ ਬਰਸਾਤ ਦੇ ਕਾਰਨ ਲੋਕਾਂ ਦੇ ਘਰਾਂ ਦਫ਼ਤਰਾਂ ਦੇ ਵਿੱਚ ਪਾਣੀ ਵੜਿਆ ਅਤੇ ਜੋ ਵਾਹਨ ਨੇ ਉਹ ਪਾਣੀ ਦੇ ਵਿੱਚ ਹੀ ਚੱਲਦੇ ਨਜ਼ਰ ਆਏ ਨੇ। ਹਰ ਤਰਫ਼ ਨਜ਼ਰ ਮਾਰੋ ਤਾਂ ਸਾਰੇ ਪਾਸੇ ਹੀ ਪਾਣੀ ਦਿਖ ਰਿਹਾ, ਸਾਰਾ ਸ਼ਹਿਰ ਜੋ ਹੈ ਉਹ ਪਾਣੀ ਦੀ ਚਪੇਟ ਦੇ ਵਿੱਚ ਆ ਚੁੱਕਾ ਹੈ। ਲਗਾਤਾਰ ਪੈ ਰਹੀ ਭਾਰੀ ਬਰਸਾਤ ਲੋਕਾਂ ਦੇ ਲਈ ਹੁਣ ਆਫ਼ਤ ਦਾ ਕਾਰਨ ਬਣਦੀ ਜਾ ਰਹੀ ਹੈ। ਦੱਸ ਦਈਏ ਕਿ ਬੀਤੀ ਰਾਤ ਤੋਂ ਪੈ ਰਹੀ ਬਰਸਾਤ ਦੇ ਕਾਰਨ ਲੋਕਾਂ ਦੇ ਘਰਾਂ ਦੇ ਵਿੱਚ ਗੋਡੇ ਗੋਡੇ ਪਾਣੀ ਵੜਿਆ, ਕਈ ਕਈ ਫੁੱਟ ਜੋ ਹੈ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜਿਆ ਅਤੇ ਲੋਕ ਆਪਣਾ ਘਰ ਛੱਡਣ ਦੇ ਲਈ ਮਜਬੂਰ ਹੋ ਚੁੱਕੇ ਨੇ। ਭਾਵੇਂ ਸਾਉਣ ਦਾ ਮਹੀਨਾ ਬੀਤ ਚੁੱਕਾ ਹੈ ਪਰ ਹਾਲੇ ਤੱਕ ਲਗਾਤਾਰ ਬਰਸਾਤਾਂ ਜਾਰੀ ਨੇ। ਦੱਸ ਦਈਏ ਕਿ ਗੁਜਰਾਤ ਦੇ ਵਿੱਚ ਪਏ ਭਾਰੀ ਮੀਂਹ ਨੇ ਇੱਕ ਵਾਰ ਫਿਰ ਤੋਂ ਜਲਥਲ ਕਰ ਦਿੱਤਾ, ਨੈਸ਼ਨਲ ਹਾਈਵੇ ਤੱਕ ਪਾਣੀ ਦੇ ਵਿੱਚ ਡੁਬੋ ਦਿੱਤੇ ਨੇ ਅਤੇ ਲੋਕਾਂ ਦੇ ਘਰਾਂ ਦੇ ਅੰਦਰ ਗੋਡੇ ਗੋਡੇ ਪਾਣੀ ਵੜਿਆ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਕਈ ਕਈ ਫੁੱਟ ਪਾਣੀ ਵੜਿਆ ਅਤੇ ਇਸੀ ਵਿਚਕਾਰ ਜੋ ਬੈੱਡ ਨੇ, ਕੁਰਸੀਆਂ ਨੇ ਅਤੇ ਹੋਰ ਸਮਾਨ ਹੈ ਉਹ ਪਾਣੀ ਦੇ ਵਿੱਚ ਹੀ ਤੈਰਦਾ ਨਜ਼ਰ ਆਇਆ। ਤਾਂ ਗੁਜਰਾਤ ਦੇ ਵਿੱਚ ਲਗਾਤਾਰ ਇਸ ਵਾਰ ਬਰਸਾਤ ਨੇ ਭਾਰੀ ਕਹਿਰ ਮਚਾਇਆ, ਲੋਕਾਂ ਨੂੰ ਬੇਘਰ ਕਰ ਦਿੱਤਾ, ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਾਵਜੂਦ ਇਸ ਦੇ ਫਿਰ ਵੀ ਲਗਾਤਾਰ ਮੀਂਹ ਜੋ ਹੈ ਉਹ ਜਾਰੀ ਹੈ। ਬੀਤੀ ਰਾਤ ਤੋਂ ਪੈ ਰਹੀ ਬਰਸਾਤ ਨੇ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ। ਮੌਸਮ ਵਿਭਾਗ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ ਅਗਲੇ ਦਿਨ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਸੂਰਤ ਦੀ ਤਾਂ ਸੂਰਤ ਦੇ ਵਿੱਚ ਵੀ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੈ ਅਤੇ ਇਸੀ ਵਿਚਕਾਰ ਇਹ ਗੁਜਰਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਬੀਤੀ ਰਾਤ ਤੋਂ ਪੈ ਰਹੀ ਬਰਸਾਤ ਦੇ ਕਾਰਨ ਲੋਕਾਂ ਦੇ ਘਰਾਂ ਦਫ਼ਤਰਾਂ ਦੇ ਵਿੱਚ ਪਾਣੀ ਵੜਿਆ ਅਤੇ ਜੋ ਵਾਹਨ ਨੇ ਉਹ ਪਾਣੀ ਦੇ ਵਿੱਚ ਹੀ ਚੱਲਦੇ ਨਜ਼ਰ ਆਏ ਨੇ। ਹਰ ਤਰਫ਼ ਨਜ਼ਰ ਮਾਰੋ ਤਾਂ ਸਾਰੇ ਪਾਸੇ ਹੀ ਪਾਣੀ ਦਿਖ ਰਿਹਾ, ਸਾਰਾ ਸ਼ਹਿਰ ਜੋ ਹੈ ਉਹ ਪਾਣੀ ਦੀ ਚਪੇਟ ਦੇ ਵਿੱਚ ਆ ਚੁੱਕਾ ਹੈ।